ਫਿਲੌਰ ਦੇ ਨਜ਼ਦੀਕ ਪਿੰਡ ਪ੍ਰਤਾਪੜਾ ਵਿਖੇ ਸੋਮਣੀ ਭਗਤ ਬਾਬਾ ਸੈਨ ਭਗਤ ਜੀ ਦਾ ਸਾਲਾਨਾ 3 ਰੋਜ਼ਾ ਜੋੜ ਮੇਲਾ ਸੈਨ ਸਮਾਜ ਅਤੇ ਇਲਾਕਾ ਨਿਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਦੁਨੀਆ ਭਰ 'ਚੋਂ ਲੱਖਾਂ ਦੀ ਗਿਣਤੀ ਵਿੱਚ ਸੈਨ ਸਮਾਜ ਦੇ ਸ਼ਰਧਾਲੂਆਂ ਵੱਲੋਂ ਬਾਬਾ ਜੀ ਦੇ ਦਰਬਾਰ 'ਤੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸ਼ਬਦ ਕੀਰਤਨ ਰਾਹੀਂ ਬਾਬਾ ਜੀ ਦਾ ਗੁਣਗਾਨ ਵੀ ਕੀਤਾ ਗਿਆ। ਇਲਾਕਾ ਨਿਵਾਸੀਆਂ ਵੱਲੋਂ ਦੂਰੋਂ ਦੂਰੋਂ ਆਈਆਂ ਸੰਗਤਾਂ ਲਈ ਜਗ੍ਹਾ ਜਗ੍ਹਾ ਲੰਗਰ ਵੀ ਲਗਾਏ ਗਏ ਸਨ। ਧਾਰਮਿਕ ਅਤੇ ਸਿਆਸੀ ਆਗੂਆਂ ਨੇ ਵੀ ਬਾਬਾ ਜੀ ਦੇ ਦਰਬਾਰ 'ਤੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲਾ ਕੀਤਾ। ਦਰਬਾਰ ਵੱਲੋਂ ਆਗੂਆਂ ਨੂੰ ਸਰੋਪਾ ਦੇ ਕੇ ਸਨਮਾਨ ਵੀ ਕੀਤਾ ਗਿਆ। ਦਰਬਾਰ ਵੱਲੋਂ ਸੰਗਤਾਂ ਲਈ ਮੈਡੀਕਲ ਸੁਵਿਧਾ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਕਮੇਟੀ ਪ੍ਰਬੰਧਕ ਸੁਰਿੰਦਰ ਕੁਮਾਰ, ਹਰਵਾਕ ਸਿੰਘ ਅਤੇ ਮੱਖਣ ਪਲਮ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ABP ਨਿਊਜ਼ ਦੀ ਫਲੋਰ ਤੋਂ ਪ੍ਰਭਪਾਲ ਦੀ ਰਿਪੋਰਟ। ਸ਼੍ਰੋਮਣੀ ਭਗਤ ਬਾਬਾ ਸੈਨ ਭਗਤ ਮਹਾਰਾਜ ਜੀ ਜਿਹਨਾਂ ਦਾ ਤਪ ਸਥਾਨ ਪ੍ਰਤਾਪਪੁਰਾ ਵਿਖੇ ਹੈ, ਜਿਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ, ਟਿੱਕਾ ਭਾਈ ਦੂਜ ਦੇ ਉੱਤੇ ਮੈਂ ਸੈਨ ਸਮਾਜ ਪੰਜਾਬ ਦਾ ਆਰਥਿਕ ਸੁਧਾਰ ਸਭਾ ਦਾ ਪੰਜਾਬ ਹੋਣ ਦੇ ਨਾਤੇ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਸੈਨ ਸਮਾਜ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਤਰੱਕੀਆਂ 'ਤੇ, ਬੁਲੰਦੀਆਂ 'ਤੇ ਅਤੇ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਚੜ੍ਹਦੀਆਂ ਕਲਾਂ 'ਚ ਰਹੇਗਾ ਔਰ ਆਸ ਕਰਦੇ ਹਾਂ ਕਿ ਇਹ ਤਿਉਹਾਰ ਬੜੇ ਸ਼ਰਧਾ ਪੂਰਵਕ ਮਨਾਇਆ ਜਾਇਆ ਕਰਨਗੇ। ਅੱਜ ਤਪ ਅਸਥਾਨ ਬਾਬਾ ਸੈਨ ਭਗਤ ਜੀ ਪਿੰਡ ਪ੍ਰਤਾਪਪੁਰਾ ਵਿਖੇ ਉਹਨਾਂ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਕਰਾਇਆ ਜਾ ਰਿਹਾ ਹੈ। ਇਸ ਜੋੜ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਦੇਸ਼ ਤੋਂ ਦੂਰੋਂ ਦੂਰੋਂ ਸੰਗ ਜਿਹੜੀ ਹੈ ਇੱਥੇ ਨਤਮਸਤਕ ਹੋਈ ਹੈ ਔਰ ਗੁਰੂ ਕਾ ਲੰਗਰ 24 ਘੰਟੇ ਅਟੁੱਟ ਚੱਲਦਾ ਰਿਹਾ, ਦੀਵਾਨ ਲੱਗੇ ਹਨ, ਨਗਰ ਕੀਰਤਨ ਹੋਏ ਹਨ ਔਰ ਇਸੇ ਸਥਾਨ ਦੇ ਉੱਤੇ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਹਸਤੀਆਂ ਜਿਹੜੀਆਂ ਆ, ਰਾਜਨੀਤਿਕ ਹਸਤੀਆਂ ਆ, ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ। ਮੈਂ ਆਪਣੇ ਵੱਲੋਂ ਸਾਰੇ ਸੰਗਤ ਦਾ, ਸਾਰੇ ਨਗਰ ਨਿਵਾਸੀਆਂ ਦਾ, ਸਾਰੀ ਕਮੇਟੀ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਇਸ ਕਾਜ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਸ ਕਰਦਾ ਕਿ ਅੱਗੋਂ ਵੀ ਇਹ ਸੰਗਤ ਸਾਨੂੰ ਸਹਿਯੋਗ ਕਰਦੀ ਰਹੇਗੀ।